ਸਤਿ ਸ਼੍ਰੀ ਅਕਾਲ ਜੀ ਅੱਜ ਸਾਰੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਨਗਰ ਪੰਚਾਇਤ ਮੱਲਾਵਾਲਾ ਖਾਸ ਵੱਲੋਂ ਔਰ ਅੱਜ ਦਾ ਜੋ ਵੀ ਦੀਵਾਲੀ ਦਾ ਤਿਉਹਾਰ ਹੈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਪਟਾਕੇ ਰਹਿਤ ਦੀਵਾਲੀ ਮਨਾਈਏ ਆਪਣੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਦੀਵਾਲੀ ਦਾ ਮਤਲਬ ਹੈ ਪਿਆਰ ਧੂੰਆਂ ਨਹੀਂ ਜੋ ਪਟਾਕੇ ਹਨ ਇਹ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਾਉਂਦੇ ਹਨ ਔਰ ਇਹ ਪਟਾਕੇ ਨਹੀਂ ਆਪਾਂ ਖਰੀਦਣੇ ਔਰ ਗਰੀਨ ਜਿਸ ਤਰ੍ਹਾਂ ਪੇੜ ਪੌਦੇ ਆਪਣੇ ਘਰ ਦੇ ਬਾਹਰ ਲਾਈਏ ਔਰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਯੂਨਾਈਟਿਡ ਸਿੱਖ ਸੰਸਥਾ ਅਤੇ ਗੁਰਮਤਿ ਪ੍ਰਚਾਰ ਵੱਲੋਂ ਸਾਡੀ ਧਰਤੀ ਸਾਡੇ ਲੋਕ ਚੈਨਲ ਨੂੰ ਦੇਖ ਰਹੇ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਹ ਜੋ ਆਪ ਜੀ ਦੇਖ ਰਹੇ ਹੋ ਅੱਜ ਦੀਵਾਲੀ ਦੇ ਮੌਕੇ 'ਤੇ ਬੰਦੀ ਛੋੜ ਦੇ ਮੌਕੇ 'ਤੇ ਇਹ ਆਪਾਂ 500 ਪੌਦੇ ਜੋ ਕਿ ਫਲਦਾਰ ਬੂਟੇ ਅਤੇ ਹੋਰ ਵੀ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਗੁਰੂ ਸਾਹਿਬ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਪਵਨ ਗੁਰੂ ਪਾਣੀ ਪਿਤਾ ਉਸ ਦੇ ਮੁਤਾਬਕ ਜਿਵੇਂ ਆਪਾਂ ਦੇਖ ਰਹੇ ਹਾਂ ਬਾਜ਼ਾਰ ਦੇ ਵਿੱਚ ਬਹੁਤ ਰੌਣਕਾਂ ਹਨ ਜਿੱਥੇ ਪਟਾਕੇ ਬਹੁਤ ਵੱਡੀ ਪੱਧਰ 'ਤੇ ਚੱਲ ਰਹੇ ਹਨ ਪੋਲਿਊਸ਼ਨ ਹੋ ਰਿਹਾ ਹੈ ਉੱਥੇ ਗੁਰਸਿੱਖਾਂ ਵੱਲੋਂ ਇਹ ਪਤਾ ਪਕਾਇਆ ਗਿਆ ਕਿ ਆਪਾਂ ਇਸ ਦੀਵਾਲੀ ਨੂੰ ਗ੍ਰੀਨ ਦੀਵਾਲੀ ਮਨਾਉਣਾ ਹੈ ਇਹ ਗੁਰਮਤਿ ਪ੍ਰਚਾਰ ਜਥਾ ਅਤੇ ਯੂਨਾਈਟਿਡ ਸਿੱਖ ਜੋ ਕੈਨੇਡਾ ਵਾਲੇ ਹਨ ਉਹਨਾਂ ਦੇ ਸਹਿਯੋਗ ਦੇ ਨਾਲ 500 ਬੂਟਾ ਅੱਜ ਲਿਆਂਦਾ ਗਿਆ ਸੀ ਲੋਕਾਂ ਵਿੱਚ ਬਹੁਤ ਉਤਸ਼ਾਹ ਸੀਗਾ ਬਹੁਤ ਬੂਟੇ ਲੈ ਕੇ ਗਏ ਨੇ ਅੱਜ ਜੀ ਸਭ ਤੋਂ ਪਹਿਲਾਂ ਬੰਦੀ ਛੋੜ ਦਿਵਸ 'ਤੇ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੂਜਾ ਜੀ ਸਾਡੇ ਅੱਜ ਯੂਨਾਈਟਿਡ ਸਿੱਖ ਸੰਸਥਾ ਅਤੇ ਗੁਰਮਤਿ ਪ੍ਰਚਾਰ ਸੰਸਥਾ ਵੱਲੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਸਿਧਾਂਤ 'ਤੇ ਚੱਲਦੇ ਹੋਏ ਸਾਡੇ ਵੀਰਾਂ ਨੇ ਫ੍ਰੀ ਬੂਟੇ ਵੰਡ ਰਹੇ ਨੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਜਿਹੜਾ ਕੁਝ ਪ੍ਰਦੂਸ਼ਣ ਘੱਟ ਕੀਤਾ ਜਾਵੇ ਅਤੇ ਸਾਨੂੰ ਚੰਗੀ ਹਵਾ ਮਿਲ ਸਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ